ਹੁਣ ਤੂੰ ਅਸ਼ਪ੍ਰੀਤ ਨੂੰ ਯਾਦ ਰੱਖ ਤੇ ਕੀਰਤ ਨੂੰ ਭੁੱਲ ਜਾ। ਹੁਣ ਤੂੰ ਕੋਈ ਨਿਆਣਾ ਤਾਂ ਹੈ ਨਹੀਂ ਜਿਹੜੀ ਤੈਨੂੰ ਹਰ ਗੱਲ ਸਮਝਾਈ ਜਾਵੇ। ਤੇਰਾ ਵੀ ਫਰਜ਼ ਬਣਦਾ ਨਾ ਆਪਣੇ ਪਰਿਵਾਰ ਦੇ ਨਾਲ ਖੜਨ ਦਾ। ਸਰਤਾਜ, ਤੇਰੇ ਪਾਪਾ ਬਿਲਕੁਲ ਠੀਕ ਕਹਿ ਰਹੇ ਆ, ਅਸੀਂ ਤੇਰਾ ਭਲਾ ਹੀ ਚਾਹੁੰਦੇ ਹਾਂ। ਮੈਂ ਤੇਰੀ ਅਤੇ ਅਰਸ਼ਪ੍ਰੀਤ ਦੀ ਮੰਗਣੀ ਦੀ ਡੇਟ ਫਿਕਸ ਕਰਦੀ ਹੈ ਅਤੇ ਜਲਦੀ ਤੁਹਾਡੇ ਦੋਨਾਂ ਦੀ ਵਿਆਹ ਦੀ ਡੇਟ ਵੀ ਫਿਕਸ ਹੋ ਜਾਏਗੀ। ਸਰਤਾਜ, ਹੁਣ ਕੋਈ ਵੀ ਹਰਕਤ ਕਰਨ ਤੋਂ ਪਹਿਲਾਂ ਇੱਕ ਵਾਰੀ ਸੋਚ ਲਈ ਕਿ ਇਹ ਮੇਰਾ ਆਖਰੀ ਫੈਸਲਾ ਹੈ ਜੋ ਬਦਲਣ ਵਾਲਾ ਨਹੀਂ। ਇਸ ਲਈ ਕੋਈ ਵੀ ਬੇਵਕੂਫੀ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ ਲਈ। ਇਹ ਹੁਣ ਤੇਰੇ 'ਤੇ ਹੈ ਕਿ ਤੂੰ ਆਪਣੀ ਫੈਮਿਲੀ ਦੇ ਨਾਲ ਖੜਨਾ ਜਾਂ ਉਹਦੇ ਵਿਰੋਧ ਵਿੱਚ। ਸਰਤਾਜ, ਜੋ ਫੈਸਲਾ ਤੇਰੇ ਡੈਡ ਦਾ ਨਾ ਉਹੀ ਮੇਰਾ ਹੈ। ਕੋਈ ਵੀ ਬੇਵਕੂਫੀ ਕਰਨ ਤੋਂ ਪਹਿਲਾਂ ਨਾ ਲੱਖ ਵਾਰੀ ਸੋਚ ਲਈ, ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਣਾ। ਜੇ ਉਸ ਕਿਰਤ ਨੂੰ ਯਾਦ ਰੱਖਣਾ ਨਾ ਤਾਂ ਆਪਣੀ ਮਾਂ ਨੂੰ ਭੁੱਲ ਜਾਈ। ਸਰਤਾਜ, ਤੂੰ ਮੇਰਾ ਗਰੂਰ ਸੀ, ਮੈਨੂੰ ਜਿੰਨਾ ਮਾਣ ਤੇਰੇ 'ਤੇ ਸੀ ਨਾ, ਤੂੰ ਆ ਹਰਕਤ ਕਰਕੇ ਨਾ ਮੇਰਾ ਸਾਰਾ ਗਰੂਰ ਤੋੜਤਾ। ਜਿਹੜੀ ਕੁੜੀ ਨਾਲ ਤੂੰ ਭੱਜਣ ਨੂੰ ਫਿਰਦਾ ਨਾ, ਉਹ ਕੁੜੀ ਤੇਰੀ ਮਾਂ ਦੀ ਪੈਰ ਪੈਰ 'ਤੇ ਬੇਇੱਜ਼ਤੀ ਕਰਦੀ ਹੈ। ਲੋਕ ਤਾਂ ਆਪਣੀ ਮਾਂ ਲਈ ਦੁਨੀਆ ਪਲਟ ਦਿੰਦੇ ਅਤੇ ਤੂੰ ਤੂੰ ਅੱਜ ਆ ਹਰਕਤ ਕਰਕੇ ਨਾ ਆਪਣੀ ਮਾਂ ਨੂੰ ਬਹੁਤ ਦੁੱਖ ਦਿੱਤਾ। ਇਹ ਤਾਂ ਕਿਰਤ ਦਾ ਨਾਂ ਵੀ ਨਹੀਂ ਲੈਣ ਦਿੰਦੇ ਇਸ ਘਰ 'ਚ, ਫਿਰ ਮੈਂ ਕਿਵੇਂ ਇਹਨਾਂ ਨੂੰ ਮਨਾਊਂਗਾ ਕਿਰਤ ਦੇ ਮੇਰੇ ਵਿਆਹ ਦੇ ਲਈ। ਹੁਣੇ ਡਾਊਨਲੋਡ ਕਰੋ Z5 ਐਪ ਤੇ ਵੇਖੋ ਆਪਣੇ ਪਸੰਦੀਦਾ ਸ਼ੋਜ਼ ਦੇ ਸਾਰੇ ਐਪੀਸੋਡ ਕਿਤੇ ਵੀ ਕਦੇ ਵੀ ਬਿਲਕੁਲ ਮੁਫ਼ਤ।